ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਸੈਂਡਵਿਚ ਬਣਾਵਾਂਗੇ ਮਲਾਈ ਪਾ ਕੇ ਤੇ ਇਹ ਵੱਖਰੇ ਤਰੀਕੇ ਦੇ ਸੈਂਡਵਿਚ ਬਣਾਵਾਂਗੇ ਅੱਜ ਆਪਾਂ ਹੌਟ ਸੈਂਡਵਿਚ ਵੀ ਬਣਾਵਾਂਗੇ ਤੇ ਕੋਲਡ ਸੈਂਡਵਿਚ ਵੀ ਬਣਾਵਾਂਗੇ ਕਈਆਂ ਨੂੰ ਜਿਵੇਂ ਕੋਲਡ ਸੈਂਡਵਿਚ ਜ਼ਿਆਦਾ ਪਸੰਦ ਨੇ ਤਾਂ ਇਸ ਤਰ੍ਹਾਂ ਆਪਾਂ ਅੱਜ ਕੋਲਡ ਸੈਂਡਵਿਚ ਬਣਾਉਂਦੇ ਹਾਂ ਜੀ ਤੇ ਆਓ ਉਹਨਾਂ ਵਾਸਤੇ ਕੀ ਸਮਾਨ ਚਾਹੀਦਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਆਓ ਦੇਖਦੇ ਹਾਂ ਆਪਾਂ ਸਮਾਨ ਆਪਣੇ ਵਾਸਤੇ ਕੀ ਚਾਹੀਦਾ ਜੀ ਸੈਂਡਵਿਚ ਬਣਾਉਣ ਇਹਦੇ ਵਾਸਤੇ ਚਾਹੀਦੀ ਆਪਾਂ ਨੂੰ ਜੀ ਇੱਕ ਗਾਜਰ ਇਹ ਮੈਂ ਕੱਦੂਕਸ਼ ਕਰ ਲਿਆ ਸੀਗਾ ਤੇ ਇਹਦੇ ਵਿੱਚ ਟਮਾਟਰ ਲਏ ਨੇ ਇਹ ਬਰੀਕ ਬਰੀਕ ਕੱਟ ਲਏ ਸੀ ਟਮਾਟਰਾਂ ਦੇ ਜਿਹੜੇ ਬੀਜ ਸੀਗੇ ਉਹ ਮੈਂ ਕੱਢਤੇ ਸੀਗੇ ਤੇ ਫਿਰ ਟਮਾਟਰ ਨੂੰ ਬਰੀਕ ਬਰੀਕ ਕੱਟਿਆ ਵਿੱਚ ਬੀਜ ਨਹੀਂ ਲੈਣੇ ਟਮਾਟਰਾਂ ਦੇ ਤੇ ਇਹ ਮੈਂ ਲਿਆ ਇੱਕ ਖੀਰਾ ਇਹ ਖੀਰੇ ਨੂੰ ਮੈਂ ਕੱਦੂਕਸ਼ ਕਰ ਲਿਆ ਸੀ ਜੇ ਤੁਸੀਂ ਚਾਹੋ ਤਾਂ ਇਹਨੂੰ ਬਰੀਕ ਬਰੀਕ ਕੱਟ ਵੀ ਸਕਦੇ ਹੋ ਤੇ ਖੀਰੇ ਦੇ ਬੀਜ ਵੀ ਤੁਸੀਂ ਕੱਢ ਦੇਣੇ ਨੇ ਪਹਿਲਾਂ ਫਿਰ ਇਹਨੂੰ ਕੱਦੂਕਸ਼ ਕਰਨਾ ਤੇ ਜੇ ਤੁਸੀਂ ਕੱਟਣਾ ਫਿਰ ਵੀ ਖੀਰੇ ਦੇ ਬੀਜ ਜਿਹੜੇ ਆ ਉਹ ਅਲੱਗ ਕਰ ਲੈਣੇ ਨੇ ਇਹ ਪਿਆਜ਼ ਲਏ ਨੇ ਇਹ ਪਿਆਜ਼ ਮੈਂ ਬਹੁਤ ਜ਼ਿਆਦਾ ਬਰੀਕ ਕੱਟ ਲਏ ਸੀਗੇ ਤੇ ਇਹਦੇ ਵਾਸਤੇ ਇੱਕ ਸ਼ਿਮਲਾ ਮਿਰਚ ਲਈ ਆ ਸ਼ਿਮਲਾ ਮਿਰਚ ਦੇ ਵੀ ਬੀਜ ਕੱਢ ਕੇ ਤੇ ਬਰੀਕ ਬਰੀਕ ਕੱਟ ਲਈ ਸੀ ਜੇ ਤੁਹਾਨੂੰ ਸ਼ਿਮਲਾ ਮਿਰਚ ਦਾ ਟੇਸਟ ਨਹੀਂ ਪਸੰਦ ਤਾਂ ਤੁਸੀਂ ਇਹਨੂੰ ਸਕਿੱਪ ਕਰ ਸਕਦੇ ਹੋ ਇਹ ਮੈਂ ਫਰੈਸ਼ ਮਲਾਈ ਲਈ ਆ ਸੈਂਡਵਿਚ 'ਚ ਪਾਉਣ ਵਾਸਤੇ ਅਤੇ ਆਪਾਂ ਟਮਾਟੋ ਕੈਚਅਪ ਲਈ ਆ ਇਹਦੇ ਵਾਸਤੇ ਆਪਾਂ ਬ੍ਰੈਡ ਲਏ ਨੇ ਇਹ ਮੈਂ ਬ੍ਰੈਡ ਲਏ ਨੇ ਇਹਨਾਂ ਦੇ ਜਿਹੜੇ ਬਰਾਊਨ ਹਿੱਸਾ ਹੈ ਕੱਟ ਲਾਂਗੇ ਅਤੇ ਇਹਦੇ 'ਚ ਆਪਾਂ ਪਾਵਾਂਗੇ ਨਮਕ ਅਤੇ ਇੱਕ ਲਾਲ ਮਿਰਚ ਤੇ ਆਓ ਆਪਾਂ ਹੁਣ ਸ਼ੁਰੂ ਕਰਦੇ ਹਾਂ ਸੈਂਡਵਿਚ ਬਣਾਉਣਾ ਉਹ ਅਲੱਗ ਕਰ ਲਾਂਗੇ ਇਹ ਸੈਂਡਵਿਚ ਹੈ ਜਿਹੜੇ ਬਹੁਤ ਹੀ ਜਲਦੀ ਤਿਆਰ ਹੋ ਜਾਂਦੇ ਨੇ ਅਤੇ ਇਹ ਫਰਾਈ ਨਹੀਂ ਹੁੰਦੇ ਇਸ ਕਰਕੇ ਹੈਲਦੀ ਵੀ ਬਹੁਤ ਜ਼ਿਆਦਾ ਇਹਨੂੰ ਬ੍ਰੇਕਫਾਸਟ ਜਿਹੜਾ ਆਪਾਂ ਇਹਦਾ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਅਤੇ 5 ਮਿੰਟ ਦੇ ਵਿੱਚ ਹੀ ਤਿਆਰ ਹੋ ਜਾਂਦੇ ਨੇ ਆਪਾਂ ਹੁਣ ਸੈਂਡਵਿਚ ਵਾਸਤੇ ਆ ਬ੍ਰੈਡ ਜਿਹੜੇ ਮੈਂ ਬਰਾਊਨ ਹਿੱਸਾ ਕੱਟ ਲਿਆ ਸੀ ਇਸ ਤਰ੍ਹਾਂ ਮੈਂ ਤਿਆਰ ਕਰ ਲਏ ਨੇ ਅਤੇ ਹੁਣ ਆਪਾਂ ਇਹਦਾ ਮਿਕਸਚਰ ਤਿਆਰ ਕਰਾਂਗੇ ਇਹਦੇ ਵਿੱਚ ਆਪਾਂ ਜਿਹੜੀ ਗਾਜਰ ਸੀ ਕੱਦੂਕਸ ਕੀਤੀ ਹੋਈ ਉਹ ਪਾਵਾਂਗੇ ਟਮਾਟਰ ਖੀਰਾ ਪਿਆਜ਼ ਸ਼ਿਮਲਾ ਮਿਰਚ ਇਹ ਮੈਂ ਮਲਾਈ ਲਈ ਹੈ ਫਰੈਸ਼ ਮਲਾਈ ਹੈ ਤੁਸੀਂ ਮਲਾਈ ਦੇ ਥਾਂ 'ਤੇ ਮਿਓਨੀਜ਼ ਵੀ ਵਰਤ ਸਕਦੇ ਹੋ ਪਹਿਲਾਂ ਮੈਂ ਮਿਓਨੀਜ਼ ਸੈਂਡਵਿਚ ਦੀ ਜਿਹੜੀ ਵੀਡੀਓ ਪਹਿਲਾਂ ਮੇਰੇ ਚੈਨਲ 'ਤੇ ਅਪਲੋਡ ਕੀਤੀ ਹੋਈ ਹੈ ਹੁਣ ਮੈਂ ਮਲਾਈ ਪਾ ਕੇ ਬਣਾਉਣੀ ਹੈ ਇਹਦੇ ਵਿੱਚ ਨਮਕ ਪਾਵਾਂਗੇ ਨਮਕ ਦੀ ਮਾਤਰਾ ਆਪਾਂ ਜ਼ਿਆਦਾ ਨਹੀਂ ਲੈਣੀ ਥੋੜ੍ਹੀ ਘੱਟ ਹੀ ਨਮਕ ਪਾਉਣਾ ਆਪਾਂ ਇਹਦੇ 'ਚ ਅਤੇ ਥੋੜ੍ਹੀ ਜਿਹੀ ਲਾਲ ਮਿਰਚ ਪਾਵਾਂਗੇ ਕਿਉਂਕਿ ਸਾਨੂੰ ਸਪਾਈਸੀ ਥੋੜ੍ਹਾ ਜਿਹਾ ਪਸੰਦ ਆ ਤੁਸੀਂ ਇਹ 'ਚ ਬਲੈਕ ਜਿਹੜੀ ਹੈਗੀ ਮਿਰਚ ਵੀ ਵਰਤ ਸਕਦੇ ਹੋ ਕਾਲੀ ਮਿਰਚ ਵੀ ਲੂਣ ਮਿਰਚ ਆਪਣੇ ਤੁਸੀਂ ਟੇਸਟ ਦੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਹੁਣ ਆਪਾਂ ਇਹਦਾ ਮਿਕਸਚਰ ਤਿਆਰ ਕਰਾਂਗੇ ਆ ਦੇਖੋ ਆਪਣਾ ਬਹੁਤ ਹੀ ਵਧੀਆ ਜਿਹੜਾ ਮਿਕਸਚਰ ਤਿਆਰ ਹੋ ਗਿਆ ਕਿਉਂਕਿ ਮਲਾਈ ਦੀ ਮਾਤਰਾ ਆਪਾਂ ਨੂੰ ਇੰਨੀ ਕੁ ਚਾਹੀਦੀ ਆ ਵੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਮਿਕਸ ਹੋ ਜਾਣ ਇਹ ਕੱਦੂਕਸ਼ ਗਾਜਰ ਦਾ ਹੁੰਦਾ ਕਈ ਵਾਰੀ ਬੱਚੇ ਗਾਜਰ ਵਿੱਚੋਂ ਕੱਢ ਨਹੀਂ ਖਾਂਦੇ ਹੈ ਨਾ ਜੇ ਆਪਾਂ ਥੋੜ੍ਹਾ ਟੁਕੜਾ ਵੱਡਾ ਰਹਿ ਜਾਏ ਤਾਂ ਇਸ ਕਰਕੇ ਵੀ ਕੱਦੂਕਸ਼ ਕੀਤਾ ਹੋਇਆ ਖੀਰਾ ਅਤੇ ਗਾਜਰ ਆ ਉਹ ਬੱਚੇ ਵੀ ਬਹੁਤ ਵਧੀਆ ਤਰੀਕੇ ਨਾਲ ਖਾ ਲੈਂਦੇ ਨੇ ਹੁਣ ਆਪਾਂ ਇਹਦੇ ਵਿੱਚ ਟਮਾਟੋ ਕੈਚਅਪ ਲਾਵਾਂਗੇ ਇਹਨਾਂ ਦੇ ਬ੍ਰੈਡ ਦੇ ਉੱਪਰ
ਇਸ ਤਰ੍ਹਾਂ ਇਹ ਕੈਚਅਪ ਲਾਉਣ ਨਾਲ ਇੱਕ ਤਾਂ ਟੇਸਟ ਵੀ ਬਹੁਤ ਵਧੀਆ ਆਉਂਦਾ ਅਤੇ ਜਿਹੜੇ ਕੋਲਡ ਸੈਂਡਵਿਚ ਆ ਉਹਦੀ ਬਾਈਂਡਿੰਗ ਵੀ ਜਿਹੜੀ ਆ ਇਹ ਬਹੁਤ ਵਧੀਆ ਹੋ ਜਾਂਦੀ ਹੈ। ਕੈਚਅਪ ਤੁਸੀਂ ਪੂਰੇ ਬ੍ਰੈਡ 'ਤੇ ਬਹੁਤ ਵਧੀਆ ਤਰੀਕੇ ਨਾਲ ਲਾ ਲੈਣੀ ਸਾਰੇ। ਜਿਹੜੀ ਆ ਉਹ ਟਮਾਟੋ ਕੈਚਅਪ ਲਗਾ ਲਈ ਆ, ਹੁਣ ਆਪਾਂ ਇਹਦੇ 'ਤੇ ਜਿਹੜਾ ਮਿਕਸਚਰ ਬਣਾਇਆ ਆਪਾਂ ਬ੍ਰੈਡ 'ਤੇ ਉਹ ਲਗਾਵਾਂਗੇ। ਇਹ ਮਿਕਸਚਰ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਸਾਰੇ ਬ੍ਰੈਡ ਦੇ ਉੱਤੇ ਫੈਲਾ ਲੈਣਾ। ਅਤੇ ਆਪਾਂ ਇਹ ਮਿਕਸਚਰ ਲਗਾ ਲਿਆ, ਹੁਣ ਦੂਸਰਾ ਬ੍ਰੈਡ ਦੇ ਉੱਪਰ ਇਸ ਤਰ੍ਹਾਂ ਲਗਾ ਦਾਂਗੇ। ਆਪਾਂ ਇਹਨੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਆਪਣਾ ਕੋਲਡ ਸੈਂਡਵਿਚ ਬਣ ਕੇ ਤਿਆਰ ਹੋ ਗਿਆ। ਜੇ ਤੁਹਾਨੂੰ ਜ਼ਿਆਦਾ ਕੋਲਡ ਪਸੰਦ ਆ ਤਾਂ ਆਪਾਂ ਨੂੰ ਫਰਿੱਜ ਦੇ ਵਿੱਚ ਵੀ ਰੱਖ ਸਕਦੇ ਰੈਪ ਕਰਕੇ, ਅਤੇ ਜਦੋਂ ਆਪਾਂ ਨੂੰ ਲੋੜ ਹੁੰਦੀ ਹੈ ਉਦੋਂ ਆਪਾਂ ਖਾ ਸਕਦੇ ਹਾਂ। ਆਹ ਦੇਖੋ ਜੀ ਆਪਣਾ ਕੋਲਡ ਸੈਂਡਵਿਚ ਬਣ ਕੇ ਤਿਆਰ ਹੋ ਗਿਆ। ਇਹ ਬਹੁਤ ਹੀ ਟੇਸਟੀ ਹੈ, ਬਹੁਤ ਹੀ ਹੈਲਦੀ ਹੈ। ਤੁਸੀਂ ਇਹਨੂੰ 5 ਮਿੰਟ ਦੇ ਵਿੱਚ ਘਰ ਤਿਆਰ ਕਰ ਸਕਦੇ ਹੋ ਅਤੇ ਇਹ ਬਹੁਤ ਜ਼ਿਆਦਾ ਟੇਸਟੀ ਹੈ। ਸਾਡੇ ਬੱਚਿਆਂ ਨੂੰ ਕੋਲਡ ਸੈਂਡਵਿਚ ਬਹੁਤ ਪਸੰਦ ਆ। ਅਤੇ ਹੁਣ ਮੈਂ ਤੁਹਾਨੂੰ ਹੌਟ ਸੈਂਡਵਿਚ ਵੀ ਬਣਾ ਕੇ ਦਿਖਾਉਂਦੀ ਹਾਂ। ਸਰ ਲਾ ਲਿਆ ਸਾਰਾ ਦੋਨਾਂ ਬ੍ਰੈਡ ਦੇ ਉੱਪਰ, ਅਤੇ ਆਹ ਵਾਲਾ ਬ੍ਰੈਡ ਦੇ ਉੱਪਰ ਇਸ ਤਰ੍ਹਾਂ ਰੱਖ ਕੇ, ਅਤੇ ਇੱਧਰ ਮੈਂ ਟੋਸਟਰ ਲਾਤਾ ਸੀ, ਇਹ ਗਰਮ ਹੋ ਚੁੱਕਿਆ ਅਤੇ ਹੁਣ ਆਪਾਂ ਇਹਦੇ ਵਿੱਚ ਰੱਖਾਂਗੇ। ਇਸ ਤਰ੍ਹਾਂ ਤੁਸੀਂ ਕੋਲਡ ਸੈਂਡਵਿਚ ਅਤੇ ਹੌਟ ਸੈਂਡਵਿਚ 5 ਮਿੰਟ 'ਚ ਬਹੁਤ ਹੀ ਵਧੀਆ ਤਰੀਕੇ ਨਾਲ ਘਰ ਤਿਆਰ ਕਰ ਸਕਦੇ ਹੋ ਅਤੇ ਇਹ ਬੱਚੇ ਵੀ ਬਹੁਤ ਸ਼ੌਂਕ ਨਾਲ ਖਾਂਦੇ ਨੇ। ਆਪਣੇ ਸੈਂਡਵਿਚ ਬਣ ਕੇ ਤਿਆਰ ਨੇ ਅਤੇ ਹੁਣ ਆਪਾਂ ਨੂੰ ਬਾਹਰ ਕੱਢਦੇ ਹਾਂ। ਆਪਾਂ ਇਹ ਸੈਂਡਵਿਚ ਜਿਹੜੇ ਤਵੇ 'ਤੇ ਵੀ ਬਹੁਤ ਵਧੀਆ ਤਰੀਕੇ ਨਾਲ ਬਣਾ ਸਕਦੇ ਹਾਂ। ਆਪਣੇ ਸੈਂਡਵਿਚ ਬਣ ਕੇ ਤਿਆਰ ਹੋ ਗਏ ਨੇ, ਇਹ ਖਾਣ ਵਾਸਤੇ ਬਿਲਕੁਲ ਰੈਡੀ ਹੈ। ਅਤੇ ਇਸ ਤਰ੍ਹਾਂ ਤੁਸੀਂ ਵੀ ਇੱਕ ਵਾਰੀ ਜ਼ਰੂਰ ਸੈਂਡਵਿਚ ਟਰਾਈ ਕਰਨੇ। ਤੁਹਾਡੇ ਸੈਂਡਵਿਚ ਕਿਵੇਂ ਦੇ ਬਣੇ ਉਹ ਮੈਨੂੰ ਕਮੈਂਟ ਬਾਕਸ ਜ਼ਰੂਰ ਦੱਸਣਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਅਤੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ।